ਉਧਰ ਮਹਿਬੂਬਾ ਮੁਫਤੀ ਦੀ ਪੀਐਮ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਬੀਜੇਪੀ ਨੇਤਾ ਰਾਮ ਮਾਧਵ ਨੇ ਜੰਮੂ ਕਸ਼ਮੀਰ ਦੇ ਹਾਲਾਤਾਂ ਤੇ ਜਲਦ ਹੀ ਸ਼ਾਂਤੀ ਬਹਾਲੀ ਕਰਨ ਦੇ ਸੰਕੇਤ ਦਿੱਤੇ ਨੇ। ਮਾਧਵ ਨੇ ਕਿਹਾ ਕਿ ਜਦੋਂ ਤੱਕ ਹਿੰਸਾ ਜਾਰੀ ਰਹੇਗੀ ਤਦ ਤੱਕ ਕਸ਼ਮੀਰ ਦੇ ਤਰੱਕੀ ਵਿੱਚ ਰੁਕਾਵਟ ਆਏਗੀ। ਕੋਈ ਅਲਟੀਮੇਟਮ ਨਹੀਂ ਹੈ, ਜਲਦੀ ਹਾਲਾਤ ਠੀਕ ਹੋ, ਇਹ ਚਿੰਤਾ ਹਮਾਰੀ ਵੀ ਹੈ, ਮਹਿਬੂਬਾ ਜੀ ਕੀ ਵੀ ਹੈ। ਔਰ ਕਿਉਂਕਿ ਜਹਾਂ ਜਬ ਤੱਕ ਵਾਇਲੈਂਸ ਚਲਤਾ ਰਹੇਗਾ ਤਬ ਤੱਕ ਡਿਵੈਲਪਮੈਂਟ ਐਕਟੀਵਿਟੀ ਠੱਪ ਹੋ ਜਾਏਗਾ। ਔਰ ਵੈਲੀ ਮੇਂ ਇਹ ਜੋ 5-6 ਮਹੀਨੇ ਕਾ ਸਮੇਂ ਮਿਲਤਾ ਹੈ ਸਮਰ ਕਾ, ਵਹੀ ਸਮੇਂ ਹੋਤਾ ਹੈ ਪੂਰਾ ਡਿਵੈਲਪਮੈਂਟ ਐਕਟੀਵਿਟੀ ਕੋ ਆਗੇ ਬਢਾਨੇ ਕਾ। ਹਮਾਰਾ CMP ਕੇ ਅੰਤਰਗਤ ਕਾਫੀ ਚੀਜ਼ੇ ਕਰਨੀ ਹੈ, ਇਸ ਲਈ ਹਮ ਚਾਹਤੇ ਕਿ ਜਲਦੀ ਸ਼ਾਂਤੀ ਬਹਾਲ ਹੋ। ਦੋਨੋਂ ਦਲੋਂ ਕੇ ਬੀਚ ਕਿਸੀ ਪ੍ਰਕਾਰ ਕਾ ਕੋਈ ਰਿਫਟ ਨਹੀਂ ਹੈ। MLC ਚੁਣਾਵ ਕੇ ਸੰਦਰਭ ਮੇਂ ਕੁਛ ਕਮਿਊਨੀਕੇਸ਼ਨ ਗੈਪਸ ਧਿਆਨ ਮੇਂ ਆਏ ਹੈ, ਵੋ ਉਸਕੀ ਚਿੰਤਾ ਕੀ ਜਾਏਗੀ। ਅਨਯਥਾ ਦੋਨੋਂ ਦਲੋਂ ਕੇ ਬੀਚ ਕਿਸੀ ਪ੍ਰਕਾਰ ਕਾ ਕੋਈ ਰਿਫਟ ਨਹੀਂ ਹੈ, ਮਿਲ ਜੁਲ ਕਰ ਇਸ ਸਰਕਾਰ ਕੋ ਆਗੇ ਬਢਾਏਗੇ।